पाटणा दे विच एक अजीबो गरीब मामला सामने आया जिथे दो टठे लड़दे लड़दे एक मकान की छत चढ़ गए। इस तो बाद मकान की छत डिग गई ते ओ टठे भी नीचे आ डिगे। मकान विच रहण वाले लोगों ने भज के अपनी जान बचाई। घटना का पता लगदे ही नगर कौंसल पाटणा के प्रधान रणवीर सिंह मौके ते पुजे ते इस गरीब परिवार का मकान बनवाउण लई सरकार तो सहायता की अपील की। इस नाल ही उन्होंने आवारा पशुओं का हल भी छेती किते जाण दा भरोसा दवाया। ਪਿੱਛੋਂ 6 ਵਜੇ ਹੋਇਆ ਜੀ ਸਵੇਰੇ। ਮੰਮੀ ਤੇ ਮੇਰੀ ਗੁੜੀਆ ਸੁੱਤੇ ਪਏ ਸੀ ਜੀ ਮੰਜੇ ਤੇ, ਤੇ ਜੀ ਜਦੋਂ ਖੜਕਾ ਹੋਇਆ ਖਾਗੜ ਲੜਦੇ ਆਏ ਜੀ, ਉਹ 7 ਦੇ ਉੱਪਰ ਚੜ ਗਏ ਸੀਗੇ ਜੀ। ਜਦੋਂ ਖੜਕਾ ਹੋਇਆ ਤੇ ਭੱਜ ਕੇ ਬਾਹਰ ਨਿਕਲ ਗਏ ਜੀ, 7 ਡਿੱਗ ਪਈ ਜੀ। ਨੁਕਸਾਨ ਜੀ ਮਰ ਜਾਂਦੇ ਜੀ, ਬਸ ਦਿਨ ਚ ਪਤਾ ਲੱਗੇ ਤਾਂ ਨਿਕਲੇ। ਹਾਂਜੀ ਦਿਨ ਚ ਪਤਾ ਲੱਗੇ। ਹਾਂਜੀ ਕੌਣ ਕੌਣ ਨੇ? 2 ਬੱਚੇ ਨੇ ਮੇਰੇ ਜੀ, 2 ਜੀ ਅਸੀਂ ਆਪ ਆ, ਇੱਕ ਮੰਮੀ ਆ ਸਾਡੇ ਨਾਲ ਜੀ। ਇਹ ਜਿਸ ਤਰ੍ਹਾਂ ਹੁਣ ਤੁਹਾਡੀ ਮਕਾਨ ਦੀ ਛੱਤ ਤੇ ਕਿਵੇਂ ਆਈ ਇਹ? ਇਹ ਜੀ ਪਿੱਛੋਂ ਆਏ ਨੇ ਜੀ, ਲੜਦੇ ਲੜਦੇ ਆਏ ਨੇ ਗੇ। ਪਿੱਛੋਂ ਲੜਦੇ ਕਿਵੇਂ? ਛੱਤ ਤਾਂ ਕੋਠੀ ਦੇ ਤੇ ਚੜ੍ਹ ਨਹੀਂ ਸਕਦਾ ਨਾ, ਇਹ ਦੱਸੋ ਕਿਵੇਂ ਆਈ? 7 ਨੀਵੀਂ ਆ ਜੀ, ਬਰਾਬਰ ਆ ਗਈ ਪਿੱਛੋਂ ਗਲੀ। ਹਾਂਜੀ ਗਲੀ ਦੇ ਬਰਾਬਰ ਆ ਜੀ, ਬਰਾਬਰ ਆ ਉਹਦੇ। ਤਾਂ ਕਰਕੇ ਹੋਇਆ, ਤਾਂ ਕਰਕੇ ਹੋਇਆ। ਮੰਗ ਕਰਦੇ ਆ ਸਰਕਾਰ ਤੋਂ? ਬਸ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਸਾਡੀ ਮਕਾਨ ਕਮਰਾ ਪੈ ਜੀ। ਮਕਾਨ ਕਰਦੇ ਹੋ ਤੁਸੀਂ? ਕੰਮ ਬਸ ਮਜ਼ਦੂਰੀ ਜੀ, ਝਾੜੂ ਪੋਚਾ। ਕੋਈ ਪ੍ਰਧਾਨ ਸਾਹਿਬ ਆਏ ਸੀ ਨਗਰ ਕੌਂਸਲ ਦੇ ਇੱਥੇ? ਹਾਂਜੀ ਆ ਕੇ ਗਏ ਸੀ ਸਵੇਰੇ ਜੀ। ਉਹਨਾਂ ਨੇ ਉਹ ਕਹਿੰਦੇ ਕਰਦੇ ਆ ਜੀ ਅਸੀਂ ਕੋਈ ਹੱਲ। ਖੁਸ਼ਪ੍ਰੀਤ ਕੌਰ। ਕਿਹੜੀ ਕਲਾਸ ਪੜ੍ਹਦੀ ਹੈ? 7th। ਕਿਹੜੇ ਸਕੂਲ ਚ? ਗੁਰੂ ਤੇਗ ਬਹਾਦਰ ਪਬਲਿਕ ਸਕੂਲ। ਕੀ ਹੋਇਆ ਸਵੇਰੇ ਤੁਸੀਂ ਦੇਖਿਆ ਜੋ ਸੁੱਤੇ ਪਏ ਸੀ? ਸਾਡੇ ਨਾ ਉੱਪਰ ਜੀ ਉਹ ਕਟੱਠੇ ਲੜਦੇ ਲੜਦੇ ਆ ਗਏ, ਸਾਨੂੰ ਆਵਾਜ਼ ਸੁਣੀ ਤੇ ਅਸੀਂ ਬਾਹਰ ਨਿਕਲ ਗਏ, ਫਿਰ ਉਸ ਤੋਂ ਬਾਅਦ ਛੱਤ ਡਿੱਗ ਗਈ। ਉਹਦੀ ਛੱਤ ਗਿਰ ਗਈ? ਹਾਂਜੀ। ਕਿੰਨੇ ਕਟੱਠੇ ਸੀ? ਇੱਕੇ ਡਿੱਗ ਗਿਆ ਸੀ ਜੀ ਉਹ ਤੋਂ। ਫਿਰ ਕਿਵੇਂ ਬਾਹਰ ਕੱਢੇ ਤੁਸੀਂ ਉਹ? ਜੀ ਅਸੀਂ ਬਾਹਰ ਨਿਕਲ ਗਏ, ਉਸ ਤੋਂ ਬਾਅਦ ਮੇਰੀ ਮੰਮਾ ਜੀ ਨੇ ਗੇਟ ਖੋਲਤਾ ਤੋ ਬਾਹਰ ਆ ਗਿਆ। ਨੁਕਸਾਨ ਕਿੰਨਾ ਹੋ ਗਿਆ ਤੁਹਾਡਾ? ਭਾਂਡੇ ਫੁੱਟ ਗਏ ਜੀ ਤੇ ਮੰਜਾ ਟੁੱਟ ਗਿਆ। ਮਗਰ ਕੋਠੇ ਚੜ ਗਏ, ਕੋਠਾ ਨੀਮ ਹੈ ਮਗਰ ਉੱਚਾ ਹੈ। ਕਿਹਦਾ ਮਕਾਨ ਹੈ ਇਹ? ਦਲਵੀਰ ਸਿੰਘ ਦਾ ਜੀ। ਅੱਛਾ, ਫਿਰ ਕੀ ਹੋਇਆ ਉਸ ਤੋਂ ਬਾਅਦ ਜੋ ਕੋਠੇ ਚੜ ਗਏ? ਕੋਠੇ ਚੜ ਕੇ ਇੱਕ ਟੱਠਾ ਦਾ ਕੋਠੇ ਦੇ ਵਿੱਚ ਅੰਦਰੇ ਡਿੱਗਿਆ, ਵਿੱਚ ਕੋਠੇ ਚੜ ਕੇ ਛੱਤ ਪੜ ਕੇ ਜਵਾਕ ਬਾਹਰ ਨਿਕਲ ਕੇ ਡਰਦੇ ਭੱਜ ਕੇ ਜਦ ਮਿੱਟੀ 'ਚ ਡਿੱਗਣ ਲੱਗੀ ਉੱਥੇ ਖੜਕਾ ਹੋਇਆ। ਅੱਛਾ, ਟੱਠਾ ਵਿੱਚ ਦੀ ਲਿਕੜ ਕੇ ਫਿਰ ਬਾਹਰ ਗੇਟ ਵਿੱਚ ਦੀ ਬਾਹਰ ਕੱਢਿਆ। ਕੀ ਕਹਿਣਾ ਚਾਹੁੰਦੇ ਜਿਹੜੇ ਜਾਨਵਰ ਫਿਰਦੇ ਨੇ ਆਮ ਤੌਰ 'ਤੇ ਹਾਦਸੇ ਦਾ ਕਾਰਨ ਬਣਦੇ ਨੇ? ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ ਜੀ, ਬਹੁਤ ਫਿਰਦੇ ਨੇ ਇਹ ਵਾਰੇ ਜਾਨਵਰ ਖਾਣ ਵੀ ਹੁੰਦਾ ਡੇਲੀ ਜੇ ਹਾਂ ਹਾਂ ਹੁੰਦੇ ਨੇ ਹਾਂ ਜੀ। ਇਹ ਤਕਰੀਬਨ ਸਵੇਰੇ ਨਾ 1:30 9 ਵਜੇ ਮੈਨੂੰ ਫੋਨ ਆਇਆ ਦਲਵੀਰ ਸਿੰਘ ਦੇ ਘਰੋਂ, ਵੀ ਐਂ ਕਰਕੇ ਸਾਡੇ ਘਟਨਾ ਵਾਪਰ ਗਈ। ਮੈਂ ਸਮਝਦਾ ਮੈਂ ਜ਼ਿੰਦਗੀ ਦੀ ਪਹਿਲੀ ਘਟਨਾ ਵਾ ਵੀ ਕਿਸੇ ਛੱਤ ਦੇ ਉੱਤੇ ਟੱਠਾ ਚੜਿਆ ਹੋਵੇ ਅਤੇ ਉਹ ਟੱਠਾ ਹੇਠਾਂ ਡਿੱਗ ਪਏ, ਛੱਤ ਤੋੜ ਕੇ ਨੇ। ਮੈਂ ਕਹਿੰਦਾ ਪਰਮਾਤਮਾ ਸ਼ੁਕਰ ਹੈ ਕਿ ਇਸ ਪਰਮਾਤਮਾ ਨੇ ਇਹਨਾਂ ਬੱਚਿਆਂ ਨੂੰ ਕੋਈ ਵਧੀਆ ਕਰਮ ਕੀਤੇ ਹੋਏ ਸੀਗੇ ਜਿਹੜੇ ਇਹ ਬਾਹਰ ਨਿਕਲ ਗਏ ਅਤੇ ਆਪ ਤੇ ਦੀ ਪੋਤੀ ਅੰਦਰ ਸੀਗੇ, ਦੋਵੇਂ ਜੀ ਜਿਹੜੇ ਬਚ ਗਏ ਨੇ। ਮਾਲੀ ਨੁਕਸਾਨ ਹੋਇਆ ਵਾ? ਕਿੰਨਾ ਨੁਕਸਾਨ ਲੱਗਦਾ ਹੋਇਆ ਤੁਸੀਂ ਦੇਖਿਆ ਮੌਕੇ 'ਤੇ? ਦੇਖੋ ਛੱਤ ਕਾਫੀ ਡੈਮੇਜ ਹੋ ਗਈ ਹੈ, ਜਿਹੜਾ ਕਿ ਛੱਤ ਟੁੱਟ ਕੇ ਹੇਠਾਂ ਡਿੱਗ ਪਿਆ, ਜਿਹਨੂੰ ਕੋਈ ਡੰਗਰ ਜਿਹੜਾ ਪਸ਼ੂ ਆਵਾਰਾ ਸੀ ਉਹ ਹੇਠਾਂ ਹੀ ਆ ਗਏ ਨੇ। ਪਰਿਵਾਰ ਪਸ਼ੂ ਨਿਕਲ ਗਿਆ ਸੀ ਨਾਲ? ਪਸ਼ੂ ਜਿਹੜੇ ਇਹਨਾਂ ਦੱਸਣ ਮੁਤਾਬਕ ਜਦੋਂ ਦਰਵਾਜ਼ਾ ਖੋਲ੍ਹ ਤਾਂ ਚਲਿਆ ਗਿਆ, ਜਿਹਨੇ ਕਿ ਕਰਦਾ ਕੰਮ ਜੀ ਪਰਿਵਾਰ ਦੇ ਇੱਕ ਵਿਚਾਰੀ ਇਹ ਪੋਚਾ ਲਾ ਕੇ ਗੁਜ਼ਾਰਾ ਕਰਦੀ ਹੈ, ਤੁਹਾਡੇ ਵੱਲੋਂ ਬੜਾ ਗਰੀਬ ਪਰਿਵਾਰ ਹੈ, ਮਦਦ ਇਹ ਹੈਗੀ ਜੋ ਸਰਕਾਰ ਅਤੇ ਨਗਰ ਕੌਂਸਲ ਵੱਲੋਂ ਅਤੇ ਇੱਕ ਜਿਹੜੀ ਕੇਂਦਰ ਸਰਕਾਰ ਦੀ ਇੱਕ ਸਕੀਮ ਹੈਗੀ ਹੈ, ਜਿਹੜੇ ਕੱਚੇ ਬਾਲੇ ਵਾਲੇ ਮਕਾਨ ਨੇ ਜਾਂ ਕੋਈ ਦੂਜਾ ਕੱਚਾ ਮਕਾਨ ਹੈ ਉਹਨੂੰ 1.5 ਲੱਖ ਰੁਪਇਆ ਸਰਕਾਰ ਦਿੰਦੀ ਹੈ, 25,000 ਰੁਪਇਆ ਪੰਜਾਬ ਗੌਰਮੈਂਟ ਦਿੰਦੀ ਹੈ ਕੇਂਦਰ ਸਰਕਾਰ ਨਾਲ। 1,25,000 ਉਹ ਫਾਰਮ ਅਸੀਂ ਭਰਾ ਲਾਂਗੇ, ਮੈਂ ਸਿਫਾਰਸ਼ ਕਰ ਦਿਆਂਗਾ, ਬਾਕੀ ਸਿਵਲ ਪ੍ਰਸ਼ਾਸਨ ਵੱਲੋਂ SDM ਸਾਹਿਬ ਵੱਲੋਂ ਜੋ ਸਿਫਾਰਸ਼ ਮਿਲਣ ਯੋਗ ਹੈ ਜੋ ਸਹਾਇਤਾ ਉਹਦੇ ਬਾਰੇ ਮੈਂ ਆਪ ਖੁਦ SDM ਸਾਹਿਬ ਨੂੰ ਜਾਂ ਤਹਿਸੀਲਦਾਰ ਸਾਹਿਬ ਨੂੰ ਮਿਲ ਕੇ ਫਾਈਲ ਤਿਆਰ ਕਰਾ ਕੇ ਜੋ ਸਹਾਇਤਾ ਮਿਲਣੀ ਹੈ ਉਹਦੀ ਮੈਂ ਸਿਫਾਰਸ਼ ਕਰਾਂਗਾ। ਜਿੰਨੇ ਵੀ ਆਵਾਰਾ ਗਾਈਆਂ ਨੇ ਉਹ ਅਸੀਂ ਇੱਕ ਐਗਰੀਮੈਂਟ ਜਿਹੜੇ ਆਪਣੇ ਗੋਸ਼ਾਲਾ ਜਿਹੜੀ ਹੈਗੀ ਹੈ ਗੋਪਾਲ ਗਊਸ਼ਾਲਾ ਪਾਤਰਾ ਉਹਦੇ ਨਾਲ ਕੀ ਕਰਨ ਜਾ ਰਹੇ ਹਾਂ, ਉਹ ਜਿਹੜੀ ਗਊਆਂ ਨੇ ਉਹ ਇਹਨਾਂ ਨੂੰ ਦੇਵਾਂਗੇ, ਜਿਹੜੇ ਟੱਠੇ ਨੇ ਇਹਨਾਂ ਨੂੰ ਅਸੀਂ ਸਰਕਾਰੀ ਗਾਜੀਪੁਰ 'ਚ ਇੱਕ ਗਊਸ਼ਾਲਾ ਹੈਗੀ ਹੈ, ਜਿੰਨਾ ਵੀ ਖਰਚਾ ਹੋਊਗਾ ਅਸੀਂ ਲਗਾ ਕੌਂਸਲ ਵੱਲੋਂ ਖਰਚਾ ਕਰਕੇ ਨੇ DC ਸਾਹਿਬ ਤੋਂ ਮਨਜ਼ੂਰੀ ਲੈ ਕੇ ਨੇ, ਉਹ ਸਾਰੇ ਜਿੰਨੇ ਵਿਵਹਾਰ ਪਸ਼ੂ ਨੇ ਜਿਹਨਾਂ ਗਿਣਤੀ ਲਗਭਗ 600 ਹੈ
जो असं आंकड़े लाए ने यह सारिया का जो हल है आने समय के तकरीबन महीना डेढ़ महीने करके ने। पात्रा तो जगदीश कंबोज की रिपोर्ट। वधेरे खबरों लई तुसी देखते रहो अजीत वैब टीवी।